आकाशवाणी जम्मू है बड़ले खबरें च तुमदा स्वागत पहले खास खास खबरें करने मैं अभिलाषा शर्मा पुंछ जिले च सुरक्षा बलै आतंकवाद वादीयांदे एक गुप्त ठिकाने दा पता लाई है उथोंहां हथियार ते गोला बारूद बरामद कीता है केंद्र मंत्री डॉ जितेंद्र सिंह ओरै आख्या है जे मधुमेह दे इलाज ले तकनीकें पर आधारित व्यवस्था दी अगुवाई करने ले भारत पूरी चाली तैयार है ਕੌਸ਼ਲ ਵਿਕਾਸ ਤੇ ਉਦਯੋਗ ਕਾਰਖਾਨਾਦਾਰੀ ਸਰਬੰਦੀ ਮੰਤਰਾਲੇ ਆਸਿਆ ਮੁਲਖੇ ਦੇ 200 ਜ਼ਿਲ੍ਹੇ ਚ ਅਜ ਪ੍ਰਧਾਨ ਮੰਤਰੀ ਰਾਸ਼ਟ ਸਿਖਲਾਈ ਮੇਲਾ ਲੁਆਇਆ ਜਾਗ ਤੇ ਰੱਖਿਆ ਮੰਤਰੀ ਰਾਜਨਾ ਸਿੰਘੋਰੇ ਟੈਰੀਟੋਰੀਅਲ ਆਰਮੀ ਦੀਆਂ ਮਹਿਲਾ ਅਧਿਕਾਰੀਆਂ ਗੀ ਕਬਜ਼ਾ ਰੇਖਾ ਪਰ ਤਨਾਤ ਕਰਨੇ ਦੀ ਮਨਜ਼ੂਰੀ ਦੇ ਦਿੱਤੀ ਹੈ ਖਬਰਾਂ ਦੀ ਤਫਸੀਲ ਕਰਨੇ ਵਿਜੇ ਬਜਾਜ ਜੰਮੂ ਕਸ਼ਮੀਰ ਪੁਲਸ ਨੇ ਪੁਂਚ ਜ਼ਿਲ੍ਹੇ ਦੇ ਮੈਂਡਰ ਇਲਾਕੇ 'ਚ ਅਤੰਕਵਾਦੀਆਂ ਦੇ ਇੱਕ ਗੁਪਤ ਠਿਕਾਣੇ ਤੇ ਗ੍ਰਿਫਤਾਰ ਕੀਤੇ ਗਏ ਅਤੰਕਵਾਦੀਆਂ ਦੇ ਮਦਦਕਾਰਾਂ ਦੇ ਘਰਾਂ 'ਤਮਾ 4 ਹੱਥ ਗੋਲੇ ਏਕੇ ਦੀਆਂ 90 ਗੋਲੀਆਂ ਤੇ ਉਰਦੂ ਆਸਲਾ ਬਰਾਮਦ ਕੀਤਾ ਹੈ। ਪਾਟਾ ਟੁੜੀਆਂ ਇਲਾਕੇ 'ਚ ਜਨਤੀ 20 April ਗੀ ਅਤੰਕਵਾਦੀਆਂ ਪਾਸੇ ਆਕਾਤ ਲਾਈ ਹੈ ਫੌਜ ਦੇ ਇੱਕ ਟਰੱਕ ਕੀ ਨਿਸ਼ਾਨਾ ਬਣਾਏ ਜਾਣੇ ਤੇ ਮਗਰਾਂ ਸੁਰੱਖਿਆ ਬਲ ਨੇ ਅਤੰਕਵਾਦੀਆਂ ਲਈ ਕੰਮ ਕਰਨ ਵਾਲੇ ਦੋ ਓਵਰਗਰਾਉਂਡ ਵਰਕਰਾਂ ਕੀ ਪਹਿਲਿੰਗੇ ਗ੍ਰਿਫਤਾਰ ਕਰੀ ਲਾਤੇ। ਪਟਾਟੂੜੀਆਂ ਇਲਾਕੇ ਚੋਂ ਇਹਦੇ ਅਮਲੇ ਚ ਫੌਜ ਦੇ ਪੰਜ ਜਵਾਨ ਜ਼ਖਮੀ ਹੋ ਗਏ ਇੱਕ ਅਧਿਕਾਰੀ ਨੇ ਦੱਸਿਆ ਜੇ ਗ੍ਰਿਫਤਾਰ ਕੀਤੇ ਗਏ ਲੋਕਾਂ ਸ਼ ਪੁੱਛਗਿੱਛ ਕਰਨੇ ਪ੍ਰੰਤ ਪੁਲਿਸ ਨੇ ਤਪਾਈਲਾਇ ਕਬੀਅਨ ਚਲਾਇਆ ਜਿਸ ਦੌਰਾਨ ਗ੍ਰਿਫਤਾਰ ਕੀਤੇ ਗਏ ਓਵਰਗਰਾਉਂਡ ਵਰਕਰਾਂ ਦੇ ਘਰਾਂ ਥਮਾ ਦਾਉ ਚੀਨੀ ਅਥ ਗੋਲੇ ਇੱਕ ਕੇ ਰਫਲ ਦੀਆਂ 3 ਗੋਲੀਆਂ ਇੱਕ ਅਥੋੜਾ ਪਾਕਿਸਤਾਨ ਚ ਬਨੇ ਦਾ ਸਿਗਰਟ ਦਾ ਇੱਕ ਪੈਕਟ ਤੇ ਕਿਸ਼ ਹੋਰ ਸਮਾਨ ਬਰਾਮਦ ਕੀਤਾ ਗਿਆ ਇਸ ਸਚਾਲੀ ਗ੍ਰਿਫਤਾਰ ਕੀਤੇ ਗਏ ਇੱਕ ਹੋਰ ਓਵਰਗ੍ਰਾਉਂਡ ਵਰਕਰ ਦੇ ਘਰੋਂ ਦੋ ਚੀਨੀ ਅਤ ਗੋਲੇ ਏਕੇ ਦੀਆਂ 60 ਗੋਲੀਆਂ ਏਕੇ ਦੀਆਂ ਦੋਂ ਮੈਗਜ਼ੀਨਾਂ 19000 ਰੁਪਏ ਨਗਦ ਬਰਾਮਦ ਕੀਤਾ ਗਿਆ ਪੁਲਸ ਨੇ ਦੱਸਿਆ ਜੇ ਇਸ ਮਾਮਲੇ ਚ ਅਗੜੀ ਤਫਤੀਸ਼ ਕੀਤੀ ਜਾ ਕਰਦੀ ਹੈ ਸੁਰੱਖਿਆ ਬਲਿੰਕਾਲਾ ਤੰਕਵਾਦੀਆਂ ਦੇ ਇੱਕ ਮਦਦਗਾਰ ਕੀ ਗ੍ਰਿਫਤਾਰ ਕਰੀਏ ਉਹਦੇ ਪਾਸਿਆ ਕੀਤੇ ਗਏ ਖੁਲਾਸੇ ਦੀ ਬਿਨਾ ਉੱਪਰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਥਮਾ ਇੱਕ ਆਈਈਡੀ ਬਰਾਮਦ ਕੀਤੀ ਕਸ਼ਮੀਰ ਜ਼ੋਨ ਦੀ ਪਲਸ ਹੈ ਮੁجب ਇਸ ਆਈਈਡੀ ਦਾ ਵਜ਼ਨ 5 6 ਕਿਲੋਗ੍ਰਾਮ ਦਾ ਸਿਆਜ਼ਰ ਤੇ ਇਸੇ ਬਰਾਮਤ ਕਰੀਏ ਸੁਰੱਖਿਆ ਬਲ ਨੇ ਇੱਕ ਵੱਡੀ ਘਟਨਾ ਗੀ ਨੂੰ ਰੋਕ ਟਾਲੀ ਦਿੱਤਾ ਇਸ ਸਰਬੰਧਾ ਚ ਮਾਮਲਾ ਦਰਜ ਕਰੀਏ ਅਗੜੀ ਜਾਂਚ ਕੀਤੀ ਜਾ ਕਰਦੀ ਹੈ ਤੋਇ ਇੱਕ ਹੋਰ ਘਟਨਾ ਚ ਸੁਰੱਖਿਆ ਬਲ ਨੇ ਕਪਵਾੜਾ ਜ਼ਿਲ੍ਹੇ ਚ ਅਤੰਕਵਾਦੀਆਂ ਦੇ ਇੱਕ ਮਦਦਕਾਰ ਕੀ ਇੱਕ ਅਥ ਗੋਲੇ ਕਾ ਨਹਿਰਾਸਤਾ ਚਲਤਾ ਪੁਛਕਿਚ ਦਰਾਨ ਇਸ ਗੱਲ ਦਾ ਪਤਾ ਲੱਗਾ ਜੇ ਇਹ ਅਥ ਗੋਲਾ ਸੁਰੱਖਿਆ ਬਲਿੰਦੀ ਕਾਰਵਾਈ ਉਪਰ ਸੁੱਟਿਆ ਜਾਣਾ ਹੈ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਸਰਬੰਧੀ ਕਾਨੂੰਨ ਤਹਿਤ ਇਸ ਸਰਬੰਧੇ ਮਾਮਲਾ ਦਰਜ ਕਰੀ ਹੈ ਅਗੜੀ ਜਾਂਚ ਕੀਤੀ ਜਾ ਕਰਦੀ ਹੈ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰੋ ਨੇ ਆਖਿਆ ਜੇ ਜੰਮੂ ਕਸ਼ਮੀਰ ਚ ਲੋਕਾਂ ਦੀ ਭਲਾਈ ਬਿਹਤਰੀ ਲਈ ਸਕਾਰਾਤਮਕ ਬਦਲਾਅ ਹੋਆ ਕਰ ਦੇਣਾ ਪਰ ਇਸ ਪ੍ਰਕਿਰਿਆ ਚ ਖਲਲ ਪਾਉਣ ਲਈ ਬੰਨੇ ਪਾਰ ਆਲੀਏ ਕਿਸ਼ਤਾਕਤੇ ਪਾਸਿਆ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾਂਗਣ ਮੋਤੀ ਸਰਕਾਰ ਦੀ ਵਿਦੇਸ਼ ਨੀਤੀ ਬਾਰੇ ਲੁਆਏ ਗਏ ਤੇ ਗਲਬਾਤ ਅਲ ਇੱਕ ਸਤਰ ਦਰਾਂਨ ਬੋਲਦੀ ਹੋਈ ਜੈ ਸ਼ੰਕਰ ਹੋਰੀ ਆਖਿਆ ਜੇ ਜੰਮ ਕਸ਼ਮੀਰ ਤੇ ਸਰਬੰਧਾਂ ਚ ਅੱਗੇ ਵੀ ਚੁਣੌਤੀਆਂ ਮੌਜੂਦ ਰਾਹੂਗਣ ਉਹਾ ਉਹਨੇ ਇਹ ਵੀ ਆਖਿਆ ਜੇ ਕੇਂਦਰ ਸਰਕਾਰ ਮੇ ਸੰਗਿਆ ਲੋਕੇ ਅੰਦਰ ਬਸਾਪਰੋਸਾ ਪੈਦਾ ਕਰਨੇ ਉਹਨੇ ਕੀ ਨਮੀਏ ਮੇਦ ਦੇ ਕਰਨੇ ਜੋੜਨੇ ਤੇ ਸੁਰੱਖਿਆ ਯਕੀਨੀ ਬਣਾਉਣ ਦੇ ਚਤਨ ਜਾਰੀ ਰੱਖੋਗਾ ਵਿਗਿਆਨ ਤੇ ਟੈਕਨੋਲੋਜੀ ਮੱਖਮੇ ਦੇ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘੂ ਨੇ ਆਖਿਆ ਜੇ ਮధుਮੇ ਦੇ ਇਲਾਜ ਲਈ ਤਕਨੀਕਾਂ ਉਪਰ ਅਧਾਰਿਤ ਬਬਸਤਾ ਦੀ ਅਗਵਾਈ ਕਰਨ ਲਈ ਭਾਰਤ ਪੂਰੀ ਚਾਲੀ ਤੇ ਆ ਰਿਹਾ ਹੈ। ਉਨ੍ਹਾਂ ਆਖਿਆ ਜੇ ਮਨੁੱਖੀ ਸੰਸਾਦ ਨੇ ਤੇ ਤਕਨੀਕੀ ਮਾਪਦੰਡੇ ਪਰ ਭਾਰਤ ਅਜ ਦੁਨੀਆ ਦੇ ਬਤੇ ਸਾਰੇ ਮੁਲਕਾਂ ਕੋਲ ਅੱਗੇ ਹੈ। ਡਾਕਟਰ ਸਿੰਘੂਰ ਕੱਲ ਨਵੀਂ ਦਿੱਲੀ ਚ ਮధుਮੇ ਸਰਬੰਦੀ ਤਕਨੀਕਾਂ ਬਾਰੇ ਲੁਆਏਗੇ ਦੀ ਆਲਮੀ ਸਤਾ ਦੀ ਤਰੰਤਾਂ ਦੀ ਕਾਂਗਰਸ ਕੀ ਸੰਬੋਧਿਤ ਕਰਾ ਕਰ ਦੇ। ਉਨੇ ਆਖਿਆ ਜੇ ਭਾਰਤ ਨੇ ਜਿਸ ਚਾਲੀ ਕੋਵਿਡ ਮਹਾਮਾਰੀ ਦਾ ਮੁਕਾਬਲਾ ਕੀਤਾ ਉਹਦੇ ਪਰੰਤ ਅੱਜ ਦੁਨੀਆ ਭਰ ਦੇ ਮੁਲਕ ਸਿਹਤ ਸਰਬੰਧੀ ਦੇਖਭਾਲ ਦੇ ਖੇਤਰ ਚ ਭਾਰਤ ਬੱਕੀ ਬੜੀ ਮੇਦਾਂ ਕੰਨ ਦਿਖਾ ਕਰ ਦੇਣਾ ਮੰਤਰੀ ਉਹਨੇ ਇਹ ਵੀ ਆਖਿਆ ਜੇ ਭਾਰਤ ਅੱਜ ਨਾਛੜਾ ਤਕਨੀਕਾਂ ਦੇ ਮਾਮਲੇ ਚ ਇੱਕ ਅਗਵਾ ਬਨਾ ਕਰਦਾ ਸਗਵਾ ਮੈਡੀਕਲ ਸਹਿਲ ਸਫਾ ਸਰਬੰਧੀ ਇੱਕ ਵੱਡਾ ਕੇਂਦਰ ਵੀ ਬਣੀ ਚੁਕੇ ਦਾ ਕੌਸ਼ਲ ਵਿਕਾਸ ਤੇ ਉਦਯਮ ਕਾਰਖਾਨਾਦਾਰੀ ਸਰਬੰਧੀ ਮੰਤਰਾਲੇ ਪਾਸਿਆ ਮੁਲਕ ਦੇ 200 ਜ਼ਿਲ੍ਹੇ ਚ ਪ੍ਰਧਾਨ ਮੰਤਰੀ ਰਾਸ਼ਟਰੀ ਸਿਖਲਾਈ ਮੇਲਾ ਅੱਜ ਲੁਆਇਆ ਜਾ ਕਰਦਾ ਹੈ ਮੰਤਰਾਲੇ ਨੇ ਆਖਿਆ ਜੀ ਇਸ ਮੇਲੇ 'ਚ ਇਸ ਸਾਲ ਨੇ ਤੇ ਮਕਾਮੀ ਯੁਵਾਵਾਂ ਦੀ ਸਿਖਲਾਈ ਦੇਣ ਲਈ ਕਈ ਮਕਾਮੀ ਕਾਰੋਬਾਰੀਆਂ ਤੇ ਸੰਗਠਨਾਂ ਦੀ ਇਸ ਮੇਲੇ 'ਚ ਸ਼ਾਮਲ ਹੋਣ ਦਾ ਸਾਦਾ ਦਿੱਤਾ ਗਿਆ ਹੈ ਇਸ ਮੇਲੇ 'ਚ ਵੱਖ-ਵੱਖ ਖੇਤਰਾਂ ਦੀਆਂ ਕੰਪਨੀਆਂ ਵੀ ਸਲਾਹ ਕਰਦੀਆਂ ਹਨ ਇਸ ਮੰਚ ਰਾਏ ਇਸ ਸਲਾਹ ਕਰਦੇ ਸੰਗਠਨ ਯੁਵਾਵਾਂ ਦੇ ਰੋਜ਼ੀ ਰੋਟੀ ਸਰਬੰਦੀ ਮੌਕੇ ਦੀ ਹੋਰ ਮਜ਼ਬੂਤ ਕਰਦੀ ਹੋਈ ਸਿਖਲਾਈ ਹਾਸਲ ਕਰਨ ਵਾਲੇ ਕਾਬਲ ਨੌਜਵਾਨਾਂ ਨਾਲ ਜੁੜੀ ਸਕਦੇ ਨੇ ਯੁਵਾ ਇਸ ਮੇਲੇ ਲਈ www.apprenticeshipindia.gov.in ਪਰ ਜਾਈਏ ਪੰਜੀਕਰਨ ਕਰਵਾਈ ਸਕਦੇ ਨੇ ਪੰਜਵੀਂ ਥਮਾ ਲਈ ਕੇ 12ਵੀਂ ਜਮਾਤ ਤੱਕ ਪੜ੍ਹੇ ਦੇ ਯੁਵਾ ਜਾਂ ਫਿਰ ਕੌਸ਼ਲ ਸਿਖਲਾਈ ਪ੍ਰਮਾਣ ਪੱਤਰ ਜਾਂ IIT ਪ੍ਰਮਾਣ ਪੱਤਰ ਹਾਸਲ ਕਰ ਚੁੱਕੇ ਦੇ ਯੁਵਾ ਇਸ ਮੇਲੇ 'ਚ ਸ਼ਿਰਕਤ ਕਰ ਸਕਦੇ ਨੇ ਕੌਸ਼ਲ ਵਿਕਾਸ ਤੇ ਉਦਯਮ ਕਾਰਖਾਨਾਦਾਰੀ ਸਰਬੰਧੀ ਮੰਤਰਾਲੇ 'ਚ ਸਚਿਵ ਅਤੁਲ ਕੁਮਾਰ ਤਿਵਾਰੀ ਹੋਰੀ ਆਖਿਆ ਜੇ ਸਿਖਲਾਈ ਮੇਲਾ ਯੁਵਾਵਾਂ ਦੀ ਉਦਯੋਗ ਜਗਤ ਕਨੇ ਜੁੜਨੇ ਤੇ ਸਰਬੰਧਤ ਸਿਖਲਾਈ ਹਾਸਲ ਕਰਨੇ ਦਾ एक मौका आकाशवाणी जम्मू हो। आजादी का अमृत महोत्सव। आकाशवाणी का क्षेत्रीय समाचार यूनिवर्सिटी डिपार्टमेंट ऑफ स्टूडेंट्स वेलफेयर के सहयोग पेश करता है आजादी का अमृत महोत्सव इंडिया एट से श्रोता अजे का सवाल है भारत का राष्ट्रीय झंडा तिरंगा भी आखने डिजाइन तैयार करने पिंगली वैंकैया हाँ जन्म कदुओं आहा इधर जवाब तो सारे ईमेल एड्रेस इंडिया सेवेंटी फाइव ऊपर भेज सकते हो सही जवाब भेजने आए श्रोताएं चा पर राय त्रो श्रोताएं दी ताल जेतु दे तौर तो पर की जा जवाब दे करने अपना पूरा पता जरूर लिखियो ताकि तुम्हारे सर्टिफिकेट डाक तुम तुम्हारे कर तक पहुँचाए जा सकन ਉਨ ਬਾਕੀ ਦੀਆਂ ਖਬਰਾਂ ਕੰਨ ਹੈ abhilaasha sharma ਰੱਖਿਆ ਮੰਤਰੀ ਰਾਜਨਾ ਸਿੰਘ ਉਰੇ ਟੈਰੀਟੋਰੀਅਲ ਆਰਮੀ ਦੀਆਂ ਮਹਿਲਾ ਅਧਿਕਾਰੀਆਂ ਦੀ ਕਬਜ਼ਾ ਰੇਖਾ ਪਰ ਤਣਾਤ ਕਰਨੇ ਦੀ ਮਨਜ਼ੂਰੀ ਦੇ ਦਿੱਤੀ ਹੈ ਪ੍ਰਗਤੀਸ਼ੀਲ ਨੀਤੀ ਸਰਬੰਧੀ ਇਸ ਈਲੇ ਦਾ ਮਕਸਦ ਮਹਿਲਾ ਅਧਿਕਾਰੀਆਂ ਦੀ ਨਿਯੁਕਤੀ ਦੇ ਦਾਇਰੇ ਦੀ ਵਧਾਨਾ ਤੇ ਉੰਦੀਏ ਪੇਸ਼ੇਵਰਾਨਾ ਆਸਤਾਂਗੇਂਗੀ ਪੂਰਾ ਕਰਨਾ ਹੈ ਇਸ ਫੈਸਲੇ ਕੰਨੇ ਉਨ ਮਹਿਲਾ ਅਧਿਕਾਰੀਆਂ ਦੀ ਵੀ ਕਈ ਸਾਰ ਯੂਨਿਟੇਂ ਚ ਮਰਦਿਆਂ ਲੇ ਲੇਖ ਸਿਖਲਾਈ ਹਾਸਲ ਕਰਨੇ ਤੇ ਸੇਵਾ ਦੇਣੇ ਦਾ ਮੌਕਾ ਥੋਗਾ ਧਿਆਨ ਜੋ ਗਿਆ ਜੇ ਟੈਰੀਟੋਰੀਅਲ ਆਰਮੀ ਨੇ 219 ਥਮਾ ਪਰਿਆਵਰਣ ਸਰਬੰਧੀ ਕਾਰੇਬਲ ਵਾਲੀ ਯੂਨਿਟਾਂ ਤੇ ਸਰਬੰਧੀ ਸੈਕਟਰ ਵਾਲੀ ਯੂਨਿਟਾਂ ਤੇ ਰੇਲਵੇ ਇੰਜੀਨੀਅਰ ਰੈਜੀਮੈਂਟ ਚ ਮਹਿਲਾ ਅਧਿਕਾਰੀਆਂ ਦੀ ਨਿਯੁਕਤੀ ਸ਼ੁਰੂ ਕੀਤੀ ਸੀ ਇਸ ਅਵਧੀ ਦੌਰਾਨ ਹਾਸਲ ਕੀਤੇ ਗਏ ਦੇ ਤਜਰਬੇ ਦੀ ਬਿਨਾ ਉਪਰ ਉਹਨੇ ਫੈਸਲਾ ਲੈਤਾ ਗਿਆ ਜੇ ਟੈਰੀਟੋਰੀਅਲ ਆਰਮੀ ਚ ਮਹਿਲਾ ਅਧਿਕਾਰੀਆਂ ਲਈ ਭਰਤੀ ਦੇ ਦਾਇਰੇ ਗੀ ਹੋਰ ਵਧਾਇਆ ਜਾਗ ਪੁਚਤ ਦੇ ਡਿਪਟੀ ਕਮਿਸ਼ਨਰ ਯਾਸੀਨ ਚੌਧਰੀ ਹੋਰੇ ਡੀਸੀ ਦਫਤਰ ਚ ਸਿਵਲ ਪੁਲਸ ਤੇ ਸੇਨਾ ਅਧਿਕਾਰੀਆਂ ਕਨੇ ਇੱਕ ਬੈਠਕ ਦੀ ਅਧਿਐਕਸ਼ਤਾ ਕੀਤੀ ਡੀਸੀ ਹੋਰੇ ਸੁਰੱਖਿਆ ਪ੍ਰਬੰਧੇ ਜ਼ਿਲੇ ਚ ਬੰਕਰ ਬਣਾਨੇ ਦਿੱਸਤੀ ਥੀ ਤੇ ਸੁਰੱਖਿਆ ਸਰਬੰਧੀ ਹੋਰ ਨੇ ਮੁੱਦੇ ਬਾਰੇ تفصیلی جائزہ ਲੇਤਾ ਬੈਠਕ ਚ ਦੱਸਿਆ ਗਿਆ ਜੇ ਪੁਲਸ ਨਸ਼ਾ ਬੇਚਨੇ ਵਾਲੇ ਖਿਲਾਫ ਸਖਤ ਕਾਰਵਾਈ ਕਰਾਰ ਦੀ ਹੈ ਤੇ ਅਜ ਤੋੜੀ 22 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਤੇ ਨਸ਼ਾ ਬੇਚਨੇ ਵਾਲੇ ਸਰਬੰਧੀ ਗਤੀਵਿਧੀਆਂ ਖਿਲਾਫ ਕਾਰਵਾਈ ਦਰਾਂ 38 ਲੋਕਾਂ ਗੇ ਗ੍ਰਿਫਤਾਰ ਕੀਤਾ ਗਿਆ ਇਹ ਦੇ ਕੰਨੇਗ ਹੈ ਪੁਨਛ ਦੇ ਵਿਕਾਸ ਸਰਬੰਧੀ ਸਹਾਇਕ ਆਯੁਕਤ ਹੋ ਰਹੀ ਨਿਰਦੇਸ਼ ਦਿੱਤਾ ਗਿਆ ਜੇ ਉਹ 2 ਮਹੀਨੇ ਦੇ ਅੰਦਰ ਅੰਦਰ ਬੰਕਰ ਬਣਾਉਣੇ ਦਾ ਕੰਮ ਸਬੂਰਾ ਕਰਨਾ ਯਕੀਨੀ ਬਣਾਣ ਇਹ ਦੇ ਕੰਨੇਗ ਹੈ ਇਸ ਬਾਰੇ ਵੀ ਗੱਲਬਾਤ ਹੋਈ ਜੇ ਮੁਗਲ ਰੋਡ ਕੀ ਤੋਲੇ ਗਏ ਟ੍ਰੈਫਿਕ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾ ਤੇ ਇਸ ਹਿਸਾਬ ਕੰਨੇ ਫੌਜ ਕੀ ਪੂਰੀ ਪ੍ਰਾਤੀ ਸੁਰੱਖਿਆ ਲਈ ਤੇ ਆਮ ਲੋਕਾਂ ਲਈ ਘੱਟੂ ਘੱਟ ਅਸੁਵਿਧਾ ਲਈ ਪੋਸ਼ਾਣਾ ਚ ਆਪਣੀ ਪੋਸਟ ਕੀ ਤਗੜਾ ਕਰਨ ਲਈ ਆਖਿਆ ਗਿਆ ਹੈ ਰਾਮਬੰਦ ਡਿਪਟੀ ਕਮਿਸ਼ਨਰ ਮੁਸਰਰਤ ਇਸਲਾਮ ਹੋਰੇ ਜ਼ਿਲ੍ਹੇ ਚ ਅਠਵੀਂ ਜਮਾਤੋੜੀ ਸਭ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਗੀ ਬੰਦ ਕਰਨੇ ਦੇ ਨਿਰਦੇਸ਼ ਦਿੱਤੇ ਨੇ ਇਹ ਫੈਸਲਾ ਜ਼ਿਲ੍ਹੇ ਚੋਈ ਦੀ ਪਾਰੀ ਬਰਖਾ ਦੇ ਮੱਦੇਨਜ਼ਰ ਲਿਆਤਾ ਗਿਆ ਜਿਹਦੇ ਚਲਦੇ ਰੋਜ਼ਮਰਹਾਂ ਅਲੀ ਜ਼ਿੰਦਗੀ 'ਚ ਪਰੇਸ਼ਾਨੀ ਹੋਈ ਹੈ ਹੁਣ ਨਿਰਧਾਰਿਤ ਮਧਿਆਨ ਸੰਸਥਾਨਾਂ 'ਚ ਤੈਅशुदा ਸਮੇਂ ਉੱਪਰ ਗਿਆ ਲੱਤੇ ਜਾਣਗਣ ਰਾਜ ਸਭਾ ਸੰਸਦ ਇੰਜੀਨੀਅਰ ਗੁਲਾਮ ਅਲੀ ਖਟਾਨਾ ਔਰ ਇਹ ਅੰਤਰਰਾਸ਼ਟ੍ਰ ਬੰਨਣ ਕਰਨ ਲਗਦੇ ਕਾਣਾਚੱਕ ਰਾਜਪੁਰਾ ਤੇ ਗੁੱਜਰ ਬਸਤੀ ਇਲਾਕੇ 'ਚ ਵੱਡੇ ਕਿੱਠੇ 'ਗੀ ਸੰਬੋਧਿਤ ਕੀਤਾ ਇਸ ਮੌਕੇ ਉਨ੍ਹਾਂ ਆਖਿਆ ਜੇ ਗੁੱਜਰ ਬਕਰਵਾਲ ਤੇ ਹੋਰਨੇ ਕਮਜ਼ੋਰ ਤਬਕਿਆਂ ਦਾ ਕਲਿਆਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੰਦੀ ਅਗਵਾਈ ਵਾਲੀ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਹੈ ਇੰਜੀਨੀਅਰ ਗੁਲਾਮ ਅਲੀ ਉਹ ਰਿਆਂਖਿਆ ਜੇ ਭਾਜਪਾ ਗੇ ਇਕਲੀ ਐਸੀ ਪਾਰਟੀ ਹੈ ਜਿਸਨੇ ਗੁੱਜਰ ਸਮੁਦਾਇ ਕੰਨੇ ਨਿਆ ਕੀਤਾ ਜਦਕਿ ਹੋਰਨੇ ਪਾਰਟੀਆਂ ਸੱਤੇਤਾ ਕਿਨ ਤੱਕ ਗੁੱਜਰ ਸਮੁਦਾਏ ਕੀ ਸ਼ੜਾ ਵੋਟ ਬੈਂਕ ਦੇ ਤੌਰ ਪਰ ਗਿਆ ਇਸਤੇਮਾਲ ਕੀਤਾ ਉਨੇ ਆਖਿਆ ਜੇ ਭਾਰਤ ਸਰਕਾਰ ਨੇ ਗੁਜਰ ਬਕਰਵਾਲ ਤੇ ਪੱਟੀਦਰਜ ਜਾਤੀਆਂ ਲਈ ਹੋਸਟਲ ਖੋਲੇ ਨ ਤੇ ਕਮਜ਼ੋਰ ਤਬਕੇ ਦੀ ਪੜ੍ਹਾਈ ਲਿਖਾਈ ਲਈ ਹਰ ਸਹੂਲਤਾਂ ਵੀ ਉਪਲਬਧ ਕਰਵਾਈ ਹੈ ਸਾਂਸਦੋਰੇ ਇਸ ਮੌਕੇ ਮਕਾਮੀ ਲੋਕਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦੀ ਵੀ ਸੁਣਿਆ ਲੋਕਾਂ ਆਪਣੀ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਅੱਗੇ ਰੱਖੀਆਂ ਉਹਦੇ ਚ ਛੜਕੇ ਦੀ ਮਾੜੀ ਹਾਲਤ ਬਕਰਵਾਲੇ ਲਈ ਆਉਜਾਈ ਸਰਵੰਦੀ ਇਜਾਜ਼ਤ ਸੇਦ ਸਰਵੰਦੀ ਸੁਲਤਾਨ ਤੇ ਸਕੂਲੇ ਦੀ ਕਮੀ ਸਰਵੰਦੀ ਮਾਮਲੇ ਸ਼ਾਮਿਲ ਹੈ ਸਾਂਸਦੋਰੇ ਉਹਨੇ ਕੀ ਯਕੀਨ ਦੁਆਇਆ ਜੇ ਇਹਨੇ ਮਸਲੇ Nghi ਸਰਬੰਧਿਤ ਅਧਿਕਾਰੀਆਂ ਕੰਨੇ ਪੁੱਟਿਆ ਜਾ ਬੰਨੇ ਵਾਲੇ ਜ਼ਿਲ੍ਹੇ ਪੁੰਛ ਦੇ ਮਨਕੋਟ ਸੈਕਟਰ ਚ ਹੋਏ ਦੇ ਇੱਕ ਛੜਕਾ ਹਾਦਸੇ ਚ ਜੋ ਬੀਐਸਐਫ ਦੇ ਇੱਕ ਜਵਾਨ ਦੀ ਮੌਤ ਹੋਈ ਗਈ ਜਿਸ ਲਗੇ 6 ਹੋਰ ਦੂਏ ਜਵਾਨ ਜ਼ਖਮੀ ਹੋਏਗੇ ਸਾਡੇ ਪੁੰਛ ਸੰਵਾਦਾਤਾ ਅਨੁਭਵ ਮਿਸਤਰੀ ਮੁਜਬ ਇਹ ਹਾਦਸਾ ਜੰਦੀਚੇ ਨੇ ਸੰਜਾ ਉਸਲੇ ਪੇਸ਼ ਆਇਆ ਜਿਸਲੇ ਬੀਐਸਐਫ ਦੇ ਇਹਨੇ ਜਵਾਨ ਨੇ ਕੀ ਲਈ ਹੈ ਜਾਰ ਦੀ ਗੱਡੀ ਬਲਨੋਈ ਇਲਾਕੇ ਚ ਛੜਕੇ ਪੜਾ ਰੁਲਕਿਆ 8 ਖੱਡਾ ਚ ਜਾਈ ਪਈ ਹਾਦਸੇ ਚ 7 ਜਵਾਨ ਜ਼ਖਮੀ ਹੋਏਗੇ ਜਿਨੇ ਕੀ ਨੇਰੇ ਦੇ ਫੌਜੀ ਯੂਨਿਟ ਚ ਲੈਤਾ ਗਿਆ ਜਿੱਥੇ ਇਲਾਜ ਦੌਰਾਨ ਬੀਐਸਐਫ ਦੇ ਇੱਕ ਜਵਾਨ ਰਾਮਚੰਦਰਨ ਨੇ ਦਮ ਤੋੜੀ ਦਿੱਤਾ ਇਸਲੇ ਮਾਸਕੋ ਚ ਚੱਲਾਰ ਦੇ ਮਾਸਕੋ ਵੂਸ਼ੋ ਸਟਾਰ ਪ੍ਰਤੀਯੋਗਿਤਾ ਚ ਜੰਮੂ ਕਸ਼ਮੀਰ ਦੇ ਖਿਡਾਰੀ ਆਪਣੇ ਹੁਨਰ ਤੇ ਮਨੋਬਲ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖਿਤਾਬਗੀ ਬਰਕਰਾਰ ਰੱਖਿਆ ਹੈ। ਪ੍ਰਤੀਯੋਗਤਾ ਦੌਰਾਨ ਸੂਰੇ ਭਾਨੂ ਪ੍ਰਤਾਪ ਸਿੰਘ ਹੋਰੇ 60 ਕਿਲੋਗ੍ਰਾਮ ਤੇ ਅਭਿਸ਼ੇਕ ਜੰਵਾਲ ਹੋਰੇ 56 ਕਿਲੋਗ੍ਰਾਮ ਦੇ ਵਰਗ ਚ ਸੁੰਨੇ ਦਾ ਤਗਮਾ ਹਾਸਲ ਕੀਤਾ ਜਿਸ ਲਈ ਕਿ ਜੀਆ ਹੋਰੇ 39 ਕਿਲੋਗ੍ਰਾਮ ਸ਼ਾ ਘਟ ਸਬ ਜੂਨੀਅਰ ਵਰਗ ਚ ਸੁੰਨੇ ਦਾ ਤਗਮਾ ਜਿੱਤ ਲਾਤਾ ਹੈ ਸੂਰੇ ਭਾਨੂ ਪ੍ਰਤਾਪ ਸਿੰਘ ਤੇ ਅਭਿਸ਼ੇਕ ਜੰਵਾਲ ਹੁੰਦਾ ਸ਼ਾਨਦਾਰ ਪ੍ਰਦਰਸ਼ਨ ਇਸ ਬਰੇ ਦੇ ਅਖੀਰੇ ਚ ਚੀਨ ਚ ਹੋਣ ਵਾਲੀ ਏਸ਼ੀਆ ਖੇਡਾਂ ਚ ਉਹਦੀ ਸ਼ਮੂਲੀਅਤ ਯਕੀਨੀ ਬਣਾਗ ਅਖੀਰੇ ਚ ਖਾਸ ਖਾਸ ਖਬਰਾਂ ਇੱਕ ਬਰੀ ਪਰਤੀ ਹੈ ਪੁੰਛ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਅਤੰਕਵਾਦੀਆਂ ਦੇ ਇੱਕ ਗੁਪਤ ਠਿਕਾਣੇ ਦਾ ਪਤਾ ਲਾਇਆ। ਇਹ ਉੱਥੋਂ ਹਥਿਆਰ ਤੇ ਗੋਲਾ ਬਰੂਦ ਬਰਾਮਦ ਕੀਤਾ ਹੈ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਆਖਿਆ ਜੇ ਮధుమేਹ ਦੇ ਇਲਾਜ ਲਈ ਤਕਨੀਕੀਓਂ ਪਰ ਅਧਾਰਿਤ ਬਵਸਥਾ ਦੀ ਅਗਵਾਈ ਕਰਨ ਲਈ ਭਾਰਤ ਪੂਰੀ ਚਾਲੀ ਤੇ ਆ ਰਿਹਾ ਹੈ। ਤੇ ਕੌਸ਼ਲ ਵਿਕਾਸ ਤੇ ਉਦਯਮ ਕਾਰਖਾਨਾਦਾਰੀ ਸਰਬੰਧੀ ਮੰਤਰਾਲੇ ਪਾਸਯਾ ਮੁਲਕਿਆ ਦੇ 200 ਜ਼ਿਲ੍ਹੇਂ ਚ ਅੱਜ ਪ੍ਰਧਾਨ ਮੰਤਰੀ ਰਾਸ਼ਟਰੀ ਸਿਖਲਾਈ ਮੇਲਾ ਲੁਆਇਆ ਜਾਗ। ਇੱਥੇ ਕੰਨਿਆ ਗਿਆ ਖਬਰੇ ਦਾ ਇਹ ਬੁਲੇਟਿਨ ਸਮਾਪਤ ਹੁਆ।